ਸਾਰੇ ਸਟੂਡੈਂਟਸ ਦਾ ਤੁਸੀਂ ਮੋਟੀਵੇਸ਼ਨ ਦੇਖ ਹੀ ਸਕਦੇ ਹੋ ਕੈਸੀ ਹੈ। ਬਹੁਤ ਵਧੀਆ, ਸਾਲ 'ਚ ਸਾਰਾ ਦਿਨ ਪੜ੍ਹਦੇ ਹਾਂ, ਸਾਰਾ ਸਾਲ ਪੜ੍ਹਦੇ ਹਾਂ, ਇੱਕ ਸਾਲ ਇੰਜੋਏ ਦਾ ਵੀ ਹੋਣਾ ਚਾਹੀਦਾ। ਬਹੁਤ ਵਧੀਆ ਮਾਹੌਲ ਹੈ, ਮੋਦੀ ਵਾਲਿਆਂ ਨੇ ਇੰਨਾ ਵਧੀਆ ਕਰਾਇਆ, ਬਹੁਤ ਖੁਸ਼ੀ ਹੈ, ਗੇਮਸ ਹੋ ਰਹੀਆਂ, ਫੂਡ ਸਟੋਲਸ ਹੈ। ਅਤੇ ਥੈਂਕਸ ਟੂ ਆਰ ਪ੍ਰਿੰਸੀਪਲ ਸਰ ਅਤੇ ਟੀਚਰ ਜਿਨ੍ਹਾਂ ਨੇ ਬਹੁਤ ਐਫਰਟ ਪਾਇਆ ਹੈ। ਬਹੁਤ ਵਧੀਆ, ਮਤਲਬ ਕਾਲਜ ਨੇ ਬਹੁਤ ਵਧੀਆ ਔਰਗਨਾਈਜ਼ ਕੀਤਾ, ਇੰਨਾ ਕੁਝ ਚੀਜ਼ਾਂ ਪੜ੍ਹ ਵੀ ਰਹੇ ਹਾਂ ਅਤੇ ਉਰੇ ਇੰਜੋਏ ਵੀ ਕਰ ਰਹੇ ਹਾਂ, ਡਾਂਸ ਵੀ ਕਰ ਰਹੇ ਹਾਂ। ਬਟ ਮਾਰਕੀਟ ਕਾ ਅਗਰ ਪ੍ਰਾਈਸ ਰੱਖੇ ਤੋ ਹਮ 15 ਤੱਕ ਜਾਏਗਾ ਯੇ। ਮਤਲਬ ਮੈਂ ਤਾਂ ਇਹ ਕਹਿਣਾ ਚਾਹੁੰਦੀ ਕਿ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਹੈ ਕਿਉਂਕਿ ਬੱਚਿਆਂ ਨੂੰ ਦੇਖੋ ਸੈਲਫ ਇੰਪਲਾਇਮੈਂਟ ਮਿਲ ਜਾਂਦੀ। ਤੁਹਾਨੂੰ ਅੱਜ ਲੈ ਚੱਲਦੇ ਹਾਂ ਪਟਿਆਲਾ ਦੇ ਮੁਲਤਾਨੀ ਮਲ ਮੋਦੀ ਕਾਲਜ, ਜਿੱਥੇ ਕਿ ਮੋਦੀ ਕਾਰਨੀਵਲ ਕਰਵਾਇਆ ਗਿਆ। ਫਸਟ ਕਾਰਨੀਵਲ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਸਟਾਲਾਂ ਵੀ ਲਗਾਈਆਂ ਗਈਆਂ, ਜਿਵੇਂ ਕਿ ਫੂਡ ਐਂਡ ਨਿਊਟ੍ਰੀਸ਼ਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਖਾਣ ਵਾਲੇ ਪਦਾਰਥਾਂ, ਖਾਸ ਕਰ ਮੋਟੇ ਅਨਾਜ ਤੋਂ ਬਣੇ ਬਹੁਤ ਸਾਰੇ ਪ੍ਰੋਡਕਟ ਤਿਆਰ ਕੀਤੇ ਗਏ। ਇਸੇ ਤਰ੍ਹਾਂ ਆਰਟ ਐਂਡ ਕ੍ਰਾਫਟ ਦੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਗਈਆਂ ਆਈਟਮਾਂ ਸਟਾਲਾਂ ਦੇ ਵਿੱਚ ਲਗਾਈਆਂ ਗਈਆਂ, ਜਿਨ੍ਹਾਂ ਦੀ ਖਰੀਦੋ ਫਰੋਖਤ ਵਿਦਿਆਰਥੀਆਂ ਅਤੇ ਬਾਹਰੋਂ ਆਏ ਲੋਕਾਂ ਦੇ ਵੱਲੋਂ ਵੱਡੇ ਪੱਧਰ 'ਤੇ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁਲਤਾਨੀ ਮਲ ਮੋਦੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਨੀਰਜ ਗੋਇਲ ਨੇ ਦੱਸਿਆ ਕਿ ਇਹ ਕਾਲਜ ਦੀ ਪੂਰੀ ਮੈਨੇਜਮੈਂਟ ਨੂੰ ਹੀ ਇਸ ਕਾਰਨੀਵਲ ਫੈਸਟੀਵਲ ਦਾ ਸਿਹਰਾ ਜਾਂਦਾ। ਇਸ ਮੌਕੇ ਉਹਨਾਂ ਵਾਈਸ ਪ੍ਰਿੰਸੀਪਲ ਮੈਡਮ ਜਸਵੀਰ ਕੌਰ, ਡਾਕਟਰ ਕੁਲਦੀਪ ਕੁਮਾਰ, HOD ਫੂਡ ਐਂਡ ਨਿਊਟ੍ਰੀਸ਼ਨ ਵਿਭਾਗ ਅਤੇ ਹੋਰ ਸਾਰੇ ਹੀ ਪ੍ਰੋਫੈਸਰ ਸਾਹਿਬਾਨਾਂ ਦਾ ਉਚੇਚੇ ਤੌਰ 'ਤੇ ਅਤੇ ਖਾਸ ਕਰ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਅਣਥੱਕ ਮਿਹਨਤ ਸਦਕਾ ਇਹ ਕਾਰਨੀਵਲ ਸਮਾਗਮ ਨੇਪਰੇ ਚੜ੍ਹ ਸਕਿਆ। ਚੜ੍ਹਦੀ ਕਲਾ ਟਾਈਮ TV 'ਤੇ ਮੈਂ ਹਾਂ ਸੰਜੀਵ ਲਹਿਲ, ਇਸ ਵੇਲੇ ਮੌਜੂਦ ਹਾਂ ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ ਦੇ ਵਿੱਚ, ਜਿੱਥੇ ਕਿ ਅੱਜ ਕਾਰਨੀਵਲ ਚੱਲ ਰਿਹਾ ਹੈ। ਸੋ ਮੇਰੇ ਨਾਲ ਸਟੂਡੈਂਟਸ ਜੁੜਦੇ ਨੇ, ਇਹਨਾਂ ਨਾਲ ਕਰਦੇ ਹਾਂ ਗੱਲਬਾਤ। ਕੀ ਨਾਮ ਹੈ ਬੇਟਾ ਤੁਹਾਡਾ? ਹਰਨੂਰ ਕੌਰ। ਕਿਹੜੀ ਕਲਾਸ ਪੜ੍ਹਦੇ ਹੋ? ਬੀਕੌਮ ਆਨਰਸ। ਹਾਂ ਬੇਟਾ, ਜਿੱਦਾਂ ਅੱਜ ਕਾਰਨੀਵਲ ਚੱਲ ਰਿਹਾ, ਕੀ ਕਹਿਣਾ ਚਾਹੋਗੇ ਇਸ ਰਿਗਾਰਡਿੰਗ? ਕਾਰਨੀਵਲ ਬਹੁਤ ਵਧੀਆ ਹੈ, ਖਾਣ ਪੀਣ ਨੂੰ ਬਹੁਤ ਵਧੀਆ ਚੀਜ਼ਾਂ, ਨਾਲੇ ਗੇਮਸ ਬਹੁਤ ਇੰਟਰਸਟਿੰਗ ਨੇ ਐਂਡ ਗਿਫਟਸ ਵੀ ਮਿਲ ਰਹੇ ਹੈ, ਆਉਣਾ ਚਾਹੀਦਾ ਸਾਰਿਆਂ ਨੂੰ, ਬੱਚਿਆਂ ਨੂੰ ਤਾਂ ਐਟਲੀਸਟ। ਤੁਸੀਂ ਵੀ ਕਿੰਨਾ ਕੁ ਜਿਹੜਾ ਕੌਨਫੀਡੈਂਸ ਲੈਵਲ ਆ ਉਹ ਇੱਥੇ ਜਿਹੜੇ ਕੋਵਿਡ ਕਾਲਜ ਦੇ ਵਿੱਚ ਪੜ੍ਹਦੇ ਨੇ ਸਟੂਡੈਂਟ, ਉਹਨਾਂ ਦਾ ਵਾਧਾ ਹੈਗਾ? ਆਪਾਂ ਦੇਖਦੇ, ਮਤਲਬ ਮੈਂ ਤਾਂ ਜਿਵੇਂ ਕੋਵਿਡ ਦੀ ਹੈਗੀ ਹੈ, ਮੇਰਾ ਸਕੂਲ ਵੀ ਕੋਵਿਡ ਸੀਗਾ, ਬਟ ਕਈ ਜਿਹੜੇ ਬੱਚੇ ਆਉਂਦੇ ਆ ਜਿਹੜੇ ਗਰਲ ਸਕੂਲ ਤੋਂ ਹੈ, ਬੋਆਏ ਸਕੂਲ ਹੈ, ਉਹ ਇੱਕ ਦੂਸਰੇ ਨਾਲ ਗੱਲ ਕਰਨ 'ਚ ਬਹੁਤ ਸ਼ਰਮਾਉਂਦੇ ਆ, ਮਤਲਬ ਜ਼ਰੂਰੀ ਤਾਂ ਹੈਗਾ ਹੀ ਹੈ। ਵੀ ਠੀਕ ਹੈ, ਅਤੇ ਕੀ ਕਹਿਣਾ ਚਾਹੋਗੇ ਅੱਜ ਕਾਰਨੀਵਲ ਚੱਲ ਰਿਹਾ ਤੁਹਾਡੇ ਕਾਲਜ ਦੇ ਵਿੱਚ? ਕਾਰਨੀਵਲ ਬਹੁਤ ਅੱਛਾ ਮਾਹੌਲ ਹੈ, ਸਾਰੇ ਸਟੂਡੈਂਟਸ ਦਾ ਤੁਸੀਂ ਮੋਟੀਵੇਸ਼ਨ ਦੇਖ ਹੀ ਸਕਦੇ ਹੋ ਕੈਸੀ ਹੈ। ਗੇਮਸ ਹੋ ਰਹੀਆਂ, ਆਪਣਾ ਸਟਾਲਸ ਲੱਗੀਆਂ ਪਈਆਂ, ਸਾਰਾ ਕੁਝ ਵਧੀਆ ਚੱਲ ਰਿਹਾ। ਬਹੁਤ ਵਧੀਆ, ਸਾਲ 'ਚ ਸਾਰਾ ਦਿਨ ਪੜ੍ਹਦੇ ਹਾਂ, ਸਾਰਾ ਸਾਲ ਪੜ੍ਹਦੇ ਹਾਂ, ਇੱਕ ਸਾਲ ਇੰਜੋਏ ਦਾ ਵੀ ਹੋਣਾ ਚਾਹੀਦਾ। ਸਿੰਗਲਾ ਸਾਹਿਬ, ਕਿਹੜੀ ਕਲਾਸ 'ਚ ਪੜ੍ਹਦੇ ਹੋ? BSC ਮੈਡੀਕਲ ਜੀ। ਹਾਂ, ਕੀ ਕਹਿਣਾ ਚਾਹੋਗੇ ਅੱਜ ਦੇ ਕਾਰਨੀਵਲ ਦੇ? ਬਹੁਤ ਵਧੀਆ ਮਾਹੌਲ ਹੈ, ਮੋਦੀ ਵਾਲਿਆਂ ਨੇ ਇੰਨਾ ਵਧੀਆ ਕਰਾਇਆ, ਬਹੁਤ ਖੁਸ਼ੀ ਹੈ, ਗੇਮਸ ਹੋ ਰਹੀਆਂ, ਫੂਡ ਸਟਾਲਸ ਹੈ, ਬਹੁਤ ਗੁੱਡ ਹੈ ਇਹਨਾਂ ਦਾ। ਇੰਜੋਏ ਕਰ ਰਹੇ ਹੋ? ਹਾਂਜੀ ਹਾਂਜੀ, ਬਹੁਤ ਜ਼ਿਆਦਾ ਜੀ। ਤੁਸੀਂ ਵੱਲ ਔਰਗਨਾਈਜ਼ ਕਰਿਆ ਗਿਆ ਅਤੇ ਥੈਂਕਸ ਟੂ ਆਰ ਪ੍ਰਿੰਸੀਪਲ ਸਰ ਅਤੇ ਟੀਚਰ ਜਿਨ੍ਹਾਂ ਨੇ ਬਹੁਤ ਐਫਰਟ ਪਾਇਆ ਹੈ, ਅਤੇ ਉਹਨਾਂ ਦੇ ਨਾਲ ਨਾਲ ਜਿਹੜੇ ਬਹੁਤ ਸਾਰੇ ਬੱਚੇ ਹੈ ਉਹਨਾਂ ਨੇ ਵੀ, ਤੁਸੀਂ ਦੇਖ ਰਹੇ ਹੋ ਕਿੰਨਾ ਸ਼ੋਰ ਹੋ ਰਿਹਾ, ਸਟਾਲਸ ਬਣਾਈਆਂ ਹੋਈਆਂ, ਖਾਣ ਦਾ ਅਰੇਂਜਮੈਂਟ ਹੈ, ਬਹੁਤ ਵਧੀਆ ਅਰੇਂਜਮੈਂਟ ਕਰਿਆ ਹੋਇਆ ਕਿ ਬੱਚੇ ਜੋ ਇੱਕ ਰੈਗੂਲਰ ਪੜ੍ਹਾਈ ਨਾਲ ਥੋੜ੍ਹਾ ਬੋਰੀਅਤ ਮਹਿਸੂਸ ਕਰਦੇ ਹੈ, ਅੱਗੇ ਪੇਪਰ ਆ ਰਹੇ ਹੈ ਵੀ ਉਸ ਤੋਂ ਪਹਿਲਾਂ ਥੋੜ੍ਹਾ ਇੰਜੋਏ ਕਰ ਸਕਣ, ਦੇ ਕੈਨ ਲੈਟ ਦੇਅਰ ਹੇਅਰ ਡਾਊਨ, ਅਤੇ ਵੀ ਇੱਕ ਮੋਦੀ ਕਾਲਜ ਦਾ ਵੀ ਇੱਕ ਨਾਮ ਹੁੰਦਾ ਹੈ। ਮਤਲਬ ਜੀ ਥੈਂਕਫੁਲ ਹਾਂ ਆਪਣੇ ਪੂਰੇ ਮੋਦੀ ਕਾਲਜ ਦਾ ਅਤੇ ਪ੍ਰਿੰਸੀਪਲ ਸਾਹਿਬ ਦਾ ਜਿਨ੍ਹਾਂ ਨੇ ਔਰਗਨਾਈਜ਼ ਕੀਤਾ। ਥੈਂਕ ਯੂ ਬੇਟਾ। ਹਾਂਜੀ, ਤੁਹਾਡਾ ਕੀ ਨਾਮ? ਗੌਤਮ। ਗੌਤਮ ਜੀ, ਕਿਹੜੀ ਕਲਾਸ ਪੜ੍ਹਦੇ ਹੋ? BA 3rd year। BA 3rd year। ਕੀ ਕਹਿਣਾ ਚਾਹੋਗੇ ਅੱਜ ਦੇ ਕਾਰਨੀਵਲ ਦੇ ਸੰਬੰਧ ਵਿੱਚ? ਫਰੈਂਡਸ ਨਾਲ ਸਰ ਬਹੁਤ ਵਧੀਆ ਇੰਜੋਏ ਹੋ ਗਿਆ ਅੱਜ ਪੂਰਾ ਦਿਨ,
ਮੋਦੀ ਕਾਲਜ ਵੱਲੋਂ ਵੈਲ ਸਪੈਂਡ ਹੋਵੇ, ਬਸ ਹੋਣਾ ਚਾਹੀਦਾ ਹੈ ਵਾਰੀ ਵਾਰੀ ਵੀ ਕਾਰਨੀਵਲ ਮਸਟ ਰਿਪਲੇਸ ਕਹਿ ਲਓ ਜਿਵੇਂ ਵੀ ਹਰ ਇੱਕ ਸਾਲ ਹੋਣਾ ਚਾਹੀਦਾ ਬਸ। ਥੈਂਕਸ ਟੂ ਪ੍ਰਿੰਸੀਪਲ ਸਰ, ਥੈਂਕ ਯੂ ਬੇਟਾ। ਪ੍ਰਭਜੋਤ ਕੌਰ, ਪ੍ਰਭਜੋਤ ਕੌਰ, ਬੀ ਕੌਮ ਓਨਰਸ, ਮੋਦੀ ਕਾਲਜ। ਅਸੀਂ ਬਹੁਤ ਇੰਜੋਏ ਕਰ ਰਹੇ, ਅਸੀਂ ਗੇਮਸ ਖੇਡਿਆ, ਖਾ ਕੇ ਆਏ ਹਾਂ, ਵੈਸੇ ਡਾਂਸ ਵਗੈਰਾ ਵੀ ਕਰਿਆ, ਬਹੁਤ ਮਜ਼ਾ ਆ ਰਿਹਾ ਸਾਨੂੰ। ਕੀ ਕਹਿਣਾ ਚਾਹੋਗੇ? ਹੋਰ ਵਧੀਆ, ਹੋਣਾ ਚਾਹੀਦਾ ਇੱਦਾਂ। ਬੀ ਕੌਮ ਓਨਰਸ, ਮੋਦੀ ਕਾਲਜ, ਬਹੁਤ ਵਧੀਆ, ਮਤਲਬ ਕਾਲਜ ਨੇ ਬਹੁਤ ਵਧੀਆ ਔਰਗਨਾਈਜ਼ ਕੀਤਾ, ਇੰਨਾ ਕੁਛ ਚੀਜ਼ਾਂ ਪੜ੍ਹ ਵੀ ਰਹੇ ਹਾਂ ਅਤੇ ਉਰੇ ਇੰਜੋਏ ਵੀ ਕਰ ਰਹੇ ਹਾਂ, ਡਾਂਸ ਵੀ ਕਰ ਰਹੇ ਹਾਂ, ਵਧੀਆ ਦਿਨ ਜਾ ਰਿਹਾ ਸਾਡਾ। ਕਿਹੜਾ ਸਬਜੈਕਟ ਹੈ ਮੈਮ? ਸਰ ਫੈਸ਼ਨ ਡਿਜ਼ਾਈਨਿੰਗ। ਫੈਸ਼ਨ ਡਿਜ਼ਾਈਨਿੰਗ, ਫਿਰ ਅੱਜ ਸਟਾਲ ਵੀ ਲਗਾਇਆ ਹੋਇਆ ਬੱਚਿਆਂ ਨੂੰ? ਹਾਂਜੀ ਹਾਂਜੀ, ਸਾਡੇ ਦੋ ਸਟਾਲਸ ਲੱਗੇ ਹੋਏ ਆ ਇੱਥੇ, ਆਰਟ ਐਂਡ ਕਰਾਫਟ ਅਤੇ ਸਟਿਚ ਐਂਡ ਸਟਾਈਲ ਦੇ, ਜੋ ਪਰਟੀਕੁਲਰਲੀ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਨੂੰ ਰਿਪ੍ਰਜੈਂਟ ਕਰਦੇ ਹੈ। ਲੇਕਿਨ ਦੋ ਹੋਰ ਵੀ ਸਟਾਲਸ ਹੈ ਜਿਹੜੇ ਗੇਮਸ ਦੇ ਹੈ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਵੱਲੋਂ, ਐਂਡ ਪਲੱਸ ਫੂਡਸ ਦੀ ਇੱਕ ਸਟਾਲ ਹੈ, ਔਰ ਉਹ ਕੋਮਨ ਸਟਾਲ ਹੈ ਜਿਹੜੀ ਕਿ, ਪਰ ਲੇਕਿਨ ਜਿਹੜੀਆਂ ਦੋ ਸਟਾਲਸ ਹੈ ਸਾਡੀਆਂ ਸਟਿਚ ਐਂਡ ਸਟਾਈਲ ਐਂਡ ਕਰਾਫਟ, ਇਹ ਪਰਟੀਕੁਲਰ ਫੈਸ਼ਨ ਨੂੰ ਰਿਪ੍ਰਜੈਂਟ ਕਰਦੀ ਸਟਾਲ ਹੈ। ਜਿੰਨਾ ਜੀ ਕੀ ਪੜ੍ਹਾਉਂਦੇ ਹੋ ਉੱਥੇ ਕਾਲਜ? ਫੈਸ਼ਨ ਡਿਜ਼ਾਈਨਿੰਗ। ਫੈਸ਼ਨ ਡਿਜ਼ਾਈਨਿੰਗ, ਅਤੇ ਕੀ ਕਹਿਣਾ ਚਾਹੋਗੇ ਅੱਜ ਦੇ ਕਾਰਨੀਵਲ ਤੇ? ਸਰ ਬਹੁਤ ਅੱਛਾ ਰਿਹਾ, ਬਹੁਤ ਅੱਛੀ ਸੇਲਸ ਹੋ ਰਹੀਆਂ, ਬੱਚਿਆਂ ਨੇ ਬਹੁਤ ਐਫਰਟਸ ਪਾਏ, ਈਵਨ ਇਹਦੇ ਨਾਲ ਸਾਡੇ ਕਾਲਜ ਦਾ ਬਹੁਤ ਅੱਛਾ ਨਾਮ ਹੋ ਰਿਹਾ। ਨਾਮ ਵੀ ਹੋ ਰਿਹਾ, ਬੱਚਿਆਂ ਦਾ ਜਿਹੜਾ ਕੌਨਫੀਡੈਂਸ ਲੈਵਲ ਆ ਉਹ ਕਿੰਨਾ ਕੁ ਵੱਧਦਾ ਲੱਗਦਾ? ਬਹੁਤ ਵੱਧ ਰਿਹਾ ਸਰ, ਇਹ ਬੱਚੇ ਵੈਨ ਪ੍ਰੈਪਰੇਸ਼ਨਸ ਕਿੰਨੇ ਦਿਨਾਂ ਤੋਂ ਕਰ ਰਹੇ ਨੇ, ਹੁਣ ਸੇਲ ਕਰਕੇ ਇਹਨਾਂ ਨੂੰ ਖੁਸ਼ੀ ਹੈ ਵੀ ਹਾਂ ਅਸੀਂ ਅਰਨ ਕਰ ਰਹੇ ਹਾਂ ਕੁਛ। ਲੱਗਦਾ ਵੀ ਬੱਚੇ ਅੱਜ ਦੇ ਨਾਲ ਕੰਮ ਪੜ੍ਹਾਈ ਅਤੇ ਨਾਲ ਇਨਕਮ ਵੀ ਹੋ। ਹਾਂਜੀ ਹਾਂ, ਮੇਨ ਮੋਟਿਵ ਕਿਉਂਕਿ ਹਰ ਇੱਕ ਦਾ ਇਨਕਮ ਹੀ ਹੁੰਦਾ, ਤਾਂ ਹੁਣੇ ਤੋਂ ਅਸੀਂ ਇਹਨਾਂ ਨੂੰ ਪ੍ਰਿਪੇਅਰ ਕਰ ਰਹੇ ਹਾਂ। ਹਾਂਜੀ, ਹੋਰ ਕੀ ਕਹਿਣਾ ਚਾਹੁੰਦੇ ਸੀਗੇ? ਉਸਕੋ ਮਿਲਾ ਕਰ ਹਮਨੇ ਮਤਲਬ ਕਾਫੀ ਵੋ ਡਿਸਕਾਊਂਟ ਪੇ ਵੀ ਰੱਖੇ ਹੈ, ਬਟ ਮਾਰਕੀਟ ਕਾ ਅਗਰ ਪ੍ਰਾਈਸ ਰੱਖੇ ਤੋ ਹਮ 15 ਤੱਕ ਜਾਏ ਗਏ ਹੈ। ਹਾਂਜੀ, ਤੋ ਹਮਨੇ ਮਤਲਬ ਕਾਫੀ ਮਤਲਬ ਲੋ ਪ੍ਰਾਈਸ ਮੇ ਰੱਖਾ ਹੈ ਇਨਕੋ। ਸੋ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਆਮ ਲੋਕ ਨੇ ਨਿਊਟ੍ਰੀਸ਼ਨ ਸਟਾਲ ਤੇ, ਜਿੱਥੇ ਕਿ ਸਾਡੇ ਨਾਲ ਜੁੜਦੇ ਨੇ ਟੀਚਰ ਸਹਿਬਾਨ ਕਰਦੇ ਆ ਇਹਨਾਂ ਨਾਲ ਵੀ ਗੱਲਬਾਤ? ਹਾਂਜੀ ਸਰ, ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਡਾਕਟਰ ਕੁਲਦੀਪ ਕੁਮਾਰ ਹੈ, ਮੈਂ ਬਾਇਡ ਫੂਡ ਐਂਡ ਨਿਊਟ੍ਰੀਸ਼ਨ ਕਾ ਹੈਡ ਹੂੰ, ਔਰ ਯਹਾਂ ਪੇ ਹਮ ਬੱਚੋਂ ਨੇ ਕਾਫੀ ਚੀਜ਼ੇ ਬਣਾਈ ਹੈ ਜੋ ਹੈਲਥ ਕੋ ਲੈ ਕੇ, ਜੈਸੇ ਆਪਕਾ ਰਾਗੀ ਮਿਲਟਸ ਹੈ ਔਰ ਦੂਸਰੇ ਚੋਕਲੇਟਸ ਹੈ, ਜੋ ਮਾਰਕੀਟ ਕੀ ਚੀਜ਼ ਉਸੇ ਅਲੱਗ ਹੈ, ਬਿਲਕੁਲ ਬੱਚੋਂ ਨੇ ਹੈਲਦੀ ਚੀਜ਼ ਬਣਾਈ ਹੈ। ਸਰ ਜਿੱਦਾਂ ਤੁਸੀਂ ਰਾਗੀ ਦੀ ਗੱਲ ਕੀਤੀ ਆ, ਰਾਗੀ ਕੀ ਚੀਜ਼ ਆ? ਰਾਗੀ ਸਰ ਇੱਕ ਆਪਣਾ ਟ੍ਰੈਡੀਸ਼ਨਲ ਫੂਡ ਹੈ, ਮਿਲਟਸ ਹੈ ਬੇਸਿਕਲੀ, ਔਰ ਕਾਫੀ ਹੈਲਦੀ ਹੈ, ਜੋ ਹਮ ਲੋਕ ਅੱਜ ਕੱਲ੍ਹ ਵੀਟ ਖਾਤੇ ਹੈ ਉਸਮੇ ਗਲੂਟਨ ਸੇ ਬੱਚੋਂ ਕਾਫੀ ਅਲਰਜੀ ਹੈ ਅੱਜ ਕੱਲ੍ਹ, ਤੋ ਇਸ ਲਈ ਅੱਜ ਕੱਲ੍ਹ ਜੋ ਹਮ ਲੋਕ ਅਗਰ ਮਿਲਟਸ ਪੇ ਜਾਏਂਗੇ ਤੋ ਕਾਫੀ ਹੈਲਦੀ ਉਸ ਤਰ੍ਹਾਂ ਸੇ ਹੈ। ਗੌਰਮੈਂਟ ਵੀ ਸਰ, ਸੈਂਟਰ ਗੌਰਮੈਂਟ ਵੀ ਸਪੋਰਟ ਕਰਤੀ ਹੈ ਮਿਲਟਸ ਕੇ ਉੱਪਰ ਪ੍ਰਮੋਟ ਕੇ ਲਈ। ਸਰ ਇੱਦਾਂ ਦੇ ਮਤਲਬ ਕਿਹੜੇ ਕਿਹੜੇ ਫੂਡਸ ਨੇ ਉਹ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਸਾਡੇ ਦੇਸ਼ ਵਿੱਚ ਮੋਟੇ ਅਨਾਜ ਗਾਇਬ ਹੋ ਗਏ ਆਪਣੀ ਥਾਲੀ ਸੇ, ਔਰ ਦੂਸਰੇ ਅਨਾਜ ਆ ਗਏ ਜੋ ਅਮਰੀਕਾ ਵਗੈਰਾ ਬਾਹਰ ਥੇ, ਜੋ ਆਜ ਕੀ ਡੇਟ ਮੈਂ ਆਪਣੇ ਹੈ ਉਹ ਵਾਪਸ ਆ ਰਹੇ ਹੈਂ। ਇਹ ਟ੍ਰੈਂਡ ਵੈਸਟਰਨ ਮੇਂ ਬਹੁਤ ਜ਼ਿਆਦਾ ਹੈ ਆਜ ਕੀ ਡੇਟ ਮੈਂ, ਹੱਥ ਸੇ ਖਾਣਾ ਖਾਣਾ ਔਰ ਅਮਰੀਕਾ ਮੇਂ ਕਾਫੀ ਪ੍ਰਮੋਟ ਹੋ ਰਿਹਾ ਨਿਊਯਾਰਕ ਕੇ ਅੰਦਰ, ਔਰ ਆਪਣੇ ਜੋ ਦਾਲੇ ਥੀ ਮੋਟੇ ਅਨਾਜ ਥੇ ਸਾਰੇ ਉਹ ਵਾਪਸ ਆ ਰਹੇ ਹੈ ਵਾਪਸ, ਕਿਉਂਕਿ ਜੋ ਬਿਮਾਰੀਆਂ ਜਿਤਨੀ ਮੈਕਸੀਮਮ ਹੈ ਉਹ ਸਾਰੀ ਹੀ ਵੀਟ ਔਰ ਇਨਕੀ ਦੇਣ ਹੈ ਸਾਰੀ ਕੀ ਸਾਰੀ। ਮੇਰਾ ਨਾਮ ਅਨੀਤਾ ਹੈ, ਪ੍ਰੋਫੈਸਰ ਅਨੀਤਾ। ਪ੍ਰੋਫੈਸਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿੱਦਾਂ ਤੁਹਾਡੇ ਸਟੂਡੈਂਟਸ ਨੇ ਸਟਾਲ ਲਗਾਈ ਆ, ਕੀ ਕਹਿਣਾ ਚਾਹੋਗੇ? ਮਤਲਬ ਮੈਂ ਤਾਂ ਇਹ ਕਹਿਣਾ ਚਾਹੁੰਦੀ ਕਿ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਹੈ, ਕਿਉਂਕਿ ਬੱਚਿਆਂ ਨੂੰ ਦੇਖੋ ਸੈਲਫ ਇੰਪਲਾਇਮੈਂਟ ਮਿਲ ਜਾਂਦੀ ਅਤੇ ਬਾਕੀ ਬੱਚੇ ਕੀ ਹੋ ਜਾਂਦੇ, ਅਟੈਚ ਰਹਿੰਦੇ ਆਪਣੇ ਟ੍ਰੈਡੀਸ਼ਨਸ ਨਾਲ, ਕਿ ਜਿਹੜਾ ਜੋ ਆਪਣਾ ਜੋ ਟ੍ਰੈਡੀਸ਼ਨਸ ਹੈ, ਮਿਲਟ ਸੀ, ਬਾਜਰਾ ਆਪਣੇ ਜਿਹਨੇ ਬਾਜਰਾ ਹੋ ਗਿਆ, ਰਾਗੀ ਹੋ ਗਿਆ, ਕਦੂਆ ਹੋ ਗਿਆ, ਮੰਡੂਆ ਹੋ ਗਿਆ, ਇਹ ਸਾਰੇ ਗਾਇਬ ਹੁੰਦੇ ਜਾ ਰਹੇ ਨੇ। ਇਸ ਤਰ੍ਹਾਂ ਦੇ ਅਗਰ ਬੱਚਿਆਂ ਨੂੰ ਐਕਸਪੋਜ਼ਰ ਮਿਲੇਗਾ ਤਾਂ ਬੱਚੇ ਅਟੈਚਡ ਹੋਣਗੇ ਆਪਣੇ
ਸੋਇਲ ਨਾਲ ਅਟੈਚ ਹੋ ਗਏ ਤਾਂ ਇਟ ਮੀਨਸ ਉਹ ਕੀ ਕਰਨਗੇ ਇਹ ਕਿਉਂਕਿ ਆਉਣ ਵਾਲੇ ਫਿਊਚਰ ਇਹ ਬੱਚੇ ਕੀ ਕਰਨਗੇ ਅੱਗੇ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਐਡਵਰਟਾਈਜ਼ ਕਰ ਰਹੇ ਬੱਚੇ ਠੀਕ ਹੈ ਇਹ ਬੱਚਿਆਂ ਨੂੰ ਪ੍ਰਮੋਟ ਕਰਨਗੇ ਤਾਂ ਜਿਸ ਤਰ੍ਹਾਂ ਦਾ ਰਾਗੀ ਹੈ ਬੱਚਿਆਂ ਨੇ ਰਾਗੀ ਮਫਿਨਸ ਬਣਾਏ ਨੇ ਮਿਲਟ ਬੇਸ ਨੇ ਤਕਰੀਬਨ ਸਾਰੇ ਅਤੇ ਕਿ ਤਕਰੀਬਨ ਜਿੰਨੇ ਵੀ ਅੱਜ ਕੱਲ੍ਹ ਡਿਜ਼ੀਜ਼ ਨੇ ਡਾਇਬਿਟੀਜ਼ ਹੋ ਗਏ ਆਪਣੀ ਲਾਈਫ ਸਟਾਈਲ ਡਿਜ਼ੀਜ਼ ਨੇ ਉਹ ਕੀ ਕਰੇ ਕਿਉਂਕਿ ਅੱਜ ਕੱਲ੍ਹ ਜਿਹੜਾ ਰਾਈਸ ਹੋ ਗਿਆ ਜੰਕ ਫੂਡ ਖਾ ਰਹੇ ਬੱਚੇ ਅਗਰ ਇਹ ਬੱਚੇ ਪ੍ਰਮੋਟ ਕਰਨਗੇ ਤਾਂ ਕੀ ਹੋਣਗੇ ਆਉਣ ਵਾਲੀ ਜਨਰੇਸ਼ਨ ਕੀ ਹੋਏਗੀ ਮੋਟੀਵੇਟ ਹੋਏਗੀ ਅਤੇ ਬਸ ਇਹ ਹੈ ਕਿ ਮਿਲਟ ਬੇਸਡ ਈਅਰ ਚੱਲ ਰਿਹਾ ਤਾਂ ਇਹ ਬਹੁਤ ਅੱਛੀ ਮੁਲਤਾਨੀ ਮਲ ਮੋਦੀ ਕਾਲਜ ਨੇ ਬਹੁਤ ਅੱਛੀ ਅਪਰੋਚ ਹੈ ਜਿਹੜੀ ਇਹ ਚੀਜ਼ ਨੂੰ ਕੀਤਾ ਇਸ ਜਿਸ ਨਾਲ ਕਿ ਆਪਣਾ ਮੋਟਾ ਅਨਾਜ ਆਪਾਂ ਆਪਣੇ ਟ੍ਰੈਡੀਸ਼ਨ ਆਪਣੇ ਕਲਚਰ ਨਾਲ ਅਟੈਚ ਹੋ ਰਿਹਾ ਥੈਂਕ ਯੂ ਜੀ ਮੈਮ ਤੁਹਾਡਾ ਸ਼ੁਭ ਨਾਮ ਕੀ ਹੈ ਜੀ ਮੇਰਾ ਨਾਮ ਪ੍ਰੋਫੈਸਰ ਹਰਪ੍ਰੀਤ ਕੌਰ ਹੈ ਮੈਂ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਐਂਡ ਫੂਡ ਐਂਡ ਨਿਊਟ੍ਰੀਸ਼ਨ ਜਿਵੇਂ ਮੋਟੇ ਅਨਾਜਾਂ ਦੀ ਗੱਲ ਕਰੀਏ ਤਾਂ ਤੁਸੀਂ ਕਿਹੜੇ ਕਿਹੜੇ ਮੋਟੇ ਅਨਾਜਾਂ ਵਿੱਚ ਆਉਂਦੇ ਨੇ ਜੀ ਬੇਸਿਕਲੀ ਰਾਗੀ ਬੇਸਡ ਹੈ ਬੱਚਿਆਂ ਨੂੰ ਅਸਥੈਟਿਕਲੀ ਅਟੈਚ ਕਰਕੇ ਮਤਲਬ ਬੇਸਿਕ ਜੋ ਚੀਜ਼ ਆਪਾਂ ਪਹਿਲਾਂ ਖਾਂਦੇ ਸੀ ਉਹਨਾਂ ਚੀਜ਼ਾਂ ਨਾਲ ਅਟੈਚ ਕਰਕੇ ਵਿਦ ਆਪਾਂ ਕਹਿ ਸਕਦੇ ਬਿਊਟੀਫਾਈ ਕਰਕੇ ਕੋਈ ਚੀਜ਼ ਦੇ ਰਿਹਾ ਤਾਂ ਕਿ ਬੱਚੇ ਅਟਰੈਕਟ ਹੋ ਸਕਣ ਇਹੀ ਬੇਸਿਕ ਰੂਟਸ ਹੈ ਅਤੇ ਹੈਲਦੀ ਰੂਟਸ ਕੀ ਉਹਨਾਂ ਦੇ ਵਿੱਚੋਂ ਜਿੱਦਾਂ ਰਾਗੀ ਦੀ ਗੱਲ ਕੀਤੀ ਆ ਬਾਜਰੇ ਦੀ ਗੱਲ ਕੀਤੀ ਆ ਕਿ ਉਹਨਾਂ ਵਿੱਚੋਂ ਜਿਹੜੇ ਪ੍ਰੋਟੀਨ ਜਾਂ ਜ਼ਰੂਰੀ ਤੱਤ ਸਰੀਰ ਲਈ ਚਾਹੀਦੇ ਨੇ ਉਹ ਮਿਲਦੇ ਨੇ ਉਹਨਾਂ ਦੇ ਵਿੱਚ ਜੀ ਜੀ ਜ਼ਰੂਰ ਮਿਲਦੇ ਆ ਇਹਦੇ ਵਿੱਚ ਇਹ ਹੈ ਕਿ ਅਸੀਂ ਮਫਿਨਸ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਰਾਗੀ ਦੇ ਰਹੇ ਹਾਂ ਇਹਦਾ ਮਤਲਬ ਇਹ ਹੈ ਕਿ ਇੱਕ ਹੈਲਦੀ ਸਨੈਕ ਹੈ ਇੱਕ ਤਰ੍ਹਾਂ ਦਾ ਬੱਚੇ ਨੂੰ ਅਟਰੈਕਟ ਕਰਕੇ ਵੈਸੇ ਜੇ ਕਿਹਾ ਜਾਵੇ ਤਾਂ ਇੱਥੇ ਅਸੀਂ ਰਾਗੀ ਕਿਤੇ ਡਿਸਪਲੇ ਲਿਖਿਆ ਨਹੀਂ ਹੈ ਕਿਉਂਕਿ ਬੱਚੇ ਉਹ ਪ੍ਰੈਫਰ ਨਹੀਂ ਕਰਦੇ ਮਫਿਨ ਇੱਕ ਐਸੀ ਚੀਜ਼ ਹੈ ਕਿ ਬੱਚੇ ਦੇਖ ਕੇ ਉਹਨਾਂ ਨੂੰ ਸੋਹਣਾ ਲੱਗਦਾ ਫਿਰ ਉਹ ਖਾਣ ਦੇ ਵਿੱਚ ਵੀ ਇੰਟਰਸਟ ਸ਼ੋਅ ਕਰਦੇ ਆ ਸੋ ਹੋਰ ਕੀ ਕਹਿਣਾ ਚਾਹੋਗੇ ਅੱਜ ਦੇ ਕਰਨੀ ਫਿਲਮ ਬਹੁਤ ਐਕਸਾਈਟਿਡ ਹਾਂ ਖੁਸ਼ ਹਾਂ ਬੱਚੇ ਵੀ ਖੁਸ਼ ਹੈ ਬੱਚਿਆਂ ਨੂੰ ਪਲੈਟਫਾਰਮ ਮਿਲਣਾ ਚਾਹੀਦਾ ਐਸਾ ਕਿ ਉਹ ਆਪਣੀ ਅਬਿਲਿਟੀ ਨੂੰ ਸ਼ੋਕੇਸ ਕਰ ਸਕੇ ਥੈਂਕ ਯੂ ਜੀ ਸੋ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਜਿਹੜੀਆਂ ਤਸਵੀਰਾਂ ਨੇ ਡਿਪਾਰਟਮੈਂਟ ਆਫ ਫੂਡ ਐਂਡ ਨਿਊਟ੍ਰੀਸ਼ਨ ਦੀਆਂ ਦਿਖਾਈਆਂ ਜਾਣ ਸੋ ਬੱਚਿਆਂ ਵੱਲੋਂ ਇਹ ਪ੍ਰੋਡਕਟਸ ਨੇ ਜਿਹੜੇ ਉਹ ਤਿਆਰ ਕੀਤੇ ਗਏ ਨੇ ਜਿਹਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਵੀ ਕਿਹੜੇ ਕਿਹੜੇ ਪ੍ਰੋਡਕਟ ਨੇ ਜਿਹੜੇ ਬੱਚਿਆਂ ਨੇ ਉਹ ਤਿਆਰ ਕੀਤੇ ਨੇ ਹਾਂ ਬੇਟਾ ਕਿਹੜੇ ਕਿਹੜੇ ਸਰ ਇਹ ਚੋਕਲੇਟ ਫਜ ਕੇਕ ਹੈ ਇਹ ਹੋਮਮੇਡ ਕੇਕ ਹੈ ਇਹ ਟੂਟੀ ਫਰੂਟੀ ਡਰਾਈ ਕੇਕ ਹੈ ਇਹ ਓਰੀਓ ਡਿਪਸ ਨੇ ਡਾਰਕ ਚੋਕਲੇਟ ਹੈ ਮਿਲਕ ਚੋਕਲੇਟ ਹੈ ਔਰ ਇਹ ਟੂਟੀ ਫਰੂਟੀ ਕੱਪ ਮਫਿਨਸ ਨੇ ਸੋ ਕਿੰਨੀ ਸੇਲ ਕਰ ਚੁੱਕੇ ਹੋ ਅੱਜ ਬੇਟਾ ਜਿਹੜੇ ਗਲੂਟਨ ਫਰੀ ਪ੍ਰੋਡਕਟਸ ਹੈ ਉਹ ਤਾਂ ਸਾਰੇ ਸੇਲ ਹੋ ਚੁੱਕੇ ਨੇ ਬਾਜਰਾ ਔਰ ਰਾਗੀ ਸਾਰੇ ਹੋ ਚੁੱਕੇ ਹੈ ਆਲਮੋਸਟ ਸਾਰਾ ਸੇਲ ਹੀ ਹੈ ਕੁਛ ਹੀ ਸਮਾਨ ਰਹਿ ਚੁੱਕਿਆ ਹੈ ਬਸ ਹੋਰ ਕੀ ਕਹਿਣਾ ਚਾਹੋਗੇ ਇਸ ਕਾਰਨੀਵਲ ਦੇ ਰਿਗਾਰਡਿੰਗ ਵੀ ਇੱਦਾਂ ਦਾ ਜਿਹੜੇ ਇਵੈਂਟ ਨੇ ਹੋਣੇ ਚਾਹੀਦੇ ਨੇ ਹਾਂਜੀ ਸਰ ਬਿਲਕੁਲ ਹੋਣੇ ਚਾਹੀਦੇ ਹੈ ਪੜ੍ਹਾਈ ਦੇ ਨਾਲ ਨਾਲ ਜਿੱਦਾਂ ਅੱਜ ਤੁਸੀਂ ਇੱਥੇ ਇੰਜੋਏ ਵੀ ਕੀਤਾ ਯੈਸ ਸਰ ਬਹੁਤ ਵਧੀਆ ਲੱਗਿਆ ਸਰ ਸਾਨੂੰ ਸਰ ਐਕਸਪੀਰੀਅੰਸ ਵੀ ਮਿਲਦਾ ਅਗਰ ਫਿਊਚਰ 'ਚ ਅਸੀਂ ਕੁਝ ਕਰਨਾ ਹੈ ਤਾਂ ਉਹ ਵੀ ਸਰ ਪਤਾ ਲੱਗ ਜਾਂਦਾ ਵੀ ਕਿਵੇਂ ਐਕਸਪਲੋਰ ਹੈ ਕੀ ਅਸੀਂ ਕਰ ਸਕਦੇ ਹਾਂ ਬੱਚਿਆਂ ਦਾ ਕੰਫੀਡੈਂਸ ਲੈਵਲ ਆ ਇਨਕਰੀਜ਼ ਹੁੰਦਾ ਹਾਂਜੀ ਸਰ ਠੀਕ ਹੈ ਥੈਂਕ ਯੂ ਸੋ ਇਹ ਤਸਵੀਰਾਂ ਸਨ ਮੁਲਤਾਨੀ ਮਲ ਮੋਦੀ ਕਾਲਜ ਪਟਿਆਲੇ ਨੇ ਜਿੱਥੇ ਕਿ ਤੁਸੀਂ ਦੇਖਿਆ ਅੱਜ ਕਰਨੀਵਾਲ ਜਿਹੜਾ ਉਹ ਲੱਗਾ ਹੋਇਆ ਜਿਹਦੇ ਵਿੱਚ ਵੱਖ ਵੱਖ ਜਿਹੜੀਆਂ ਸਟਾਲਾਂ ਨੇ ਉਹ ਬੱਚਿਆਂ ਵੱਲੋਂ ਲਗਾਈਆਂ ਗਈਆਂ ਨੇ ਸੋ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਨਾਲ ਮੈਂ ਹਾਂ ਪਟਿਆਲਾ ਮੋਦੀ ਕਾਲਜ ਤੋਂ ਸੰਜੀਵ ਲਹਿਰ ਮੈਂ ਡਾਕਟਰ ਨੀਰਜ ਗੋਇਲ ਪ੍ਰਿੰਸੀਪਲ ਮੋਦੀ ਕਾਲਜ ਤੁਹਾਡਾ ਇੱਥੇ ਆਉਣ 'ਤੇ ਸਵਾਗਤ ਕਰਦਾ ਅਤੇ ਇਹ ਜਿਹੜਾ ਅਸੀਂ ਅੱਜ ਦਾ ਪ੍ਰੋਗਰਾਮ ਉਲੀਕਿਆ ਇਹ ਕਾਲਜ ਦੀ ਹਿਸਟਰੀ ਦੇ ਵਿੱਚ ਮੋਦੀ ਕਾਰਨੀਵਲ ਦੇ ਨਾਮ 'ਤੇ ਪਹਿਲੀ ਵਾਰ ਇਹ ਪ੍ਰੋਗਰਾਮ ਹੋ ਰਿਹਾ ਇਹਦਾ ਮਕਸਦ ਸਾਡਾ ਸਿਰਫ ਇੱਕ ਐਂਟਰਟੇਨਮੈਂਟ ਨਾ ਹੋ ਕੇ ਇਹ ਬੱਚਿਆਂ ਦੀ ਟ੍ਰੇਨਿੰਗ ਹੈ ਇਸ ਈਵੈਂਟ ਦੇ ਵਿੱਚ ਸਾਡੇ 500 ਤੋਂ ਵੱਧ ਵਿਦਿਆਰਥੀ ਜਿਹੜੇ ਨੇ ਉਹ ਅਲੱਗ ਅਲੱਗ ਉਹਨਾਂ ਨੇ ਸਟਾਲਾਂ ਲਗਾਈਆਂ ਨੇ ਆਪਣੀਆਂ ਕ੍ਰੀਏਸ਼ਨਸ ਨੂੰ ਜੋ ਹੈ ਉਹਨਾਂ ਨੇ ਡਿਸਪਲੇ ਕੀਤਾ ਅਤੇ ਇਹਦੇ ਵਿੱਚ ਅਸੀਂ ਅਲੱਗ ਅਲੱਗ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ ਜਿਹ 'ਚ ਖਾਣ ਪੀਣ ਦੀਆਂ ਸਟਾਲਸ ਵੀ ਨੇ ਗੇਮਸ ਦੀਆਂ ਵੀ ਸਟਾਲਸ ਨੇ
ਇਸ ਤੋਂ ਇਲਾਵਾ ਮੋਸਟ ਇੰਪੋਰਟੈਂਟ, ਸਾਡੇ ਫੈਸ਼ਨ ਟੈਕਨੋਲੋਜੀ ਡਿਪਾਰਟਮੈਂਟ ਨੇ ਆਪਣੀਆਂ ਕ੍ਰੀਏਸ਼ਨਸ ਨੂੰ, ਹੈਂਡੀਕ੍ਰਾਫਟ ਆਈਟਮਸ ਨੂੰ ਉਹ ਸ਼ੋਅ ਕੀਤੇ। ਸਾਡਾ ਜੋ ਫੂਡ ਐਂਡ ਨਿਊਟ੍ਰੀਸ਼ਨ ਡਿਪਾਰਟਮੈਂਟ ਹੈ, ਉਹਨਾਂ ਨੇ ਜਿਵੇਂ ਆਪਣਾ ਗੌਰਮੈਂਟ ਅੱਜ ਕੱਲ੍ਹ ਮਿਲੇਟਸ ਨੂੰ ਪ੍ਰਮੋਟ ਕਰ ਰਹੀ ਹੈ, ਤਾਂ ਉਹਨਾਂ ਨੇ ਜੋ ਨਿਊਟ੍ਰੀਸ਼ੀਅਸ ਫੂਡ ਜਿਵੇਂ ਰਾਗੀ ਦੇ ਬਿਸਕਿਟ, ਰਾਗੀ ਦੇ ਕੇਕ, ਉਹ ਬਣਾ ਕੇ ਜਿਹੜੇ ਹੈ ਉਹ ਡਿਸਪਲੇ ਕੀਤੇ। ਤਾਂ ਇਸ ਤਰ੍ਹਾਂ ਨਾਲ ਸਾਡਾ ਜਿਹੜਾ ਇਸ ਪ੍ਰੋਗਰਾਮ ਦਾ ਮਕਸਦ ਹੈ, ਬੱਚਿਆਂ ਦੀ ਐਂਟਰਟੇਨਮੈਂਟ ਦੇ ਨਾਲ ਨਾਲ ਬੱਚਿਆਂ ਦੀ ਇੱਕ ਟ੍ਰੇਨਿੰਗ ਹੈ ਕਿ ਕਿੱਦਾਂ ਉਹਨਾਂ ਨੇ ਆਪਣੇ ਫੰਡਸ ਨੂੰ ਮੈਨੇਜ ਕਰਨੇ, ਕਿੱਦਾਂ ਉਹਨਾਂ ਨੇ ਆਪਣੀ ਪ੍ਰੋਡਕਟ ਦੀ ਮਾਰਕੀਟਿੰਗ ਕਰਨੀ ਹੈ। ਤਾਂ ਇਸ ਚੀਜ਼ ਨੂੰ ਲੈ ਕੇ ਸਾਡਾ ਅੱਜ ਦਾ ਪ੍ਰੋਗਰਾਮ ਹੈ। ਕਿੰਨਾ ਟਾਈਮ ਹੋ ਗਿਆ ਸਰ ਇਹ ਪ੍ਰੋਗਰਾਮ ਕਰਦੇ? ਇਹ ਪ੍ਰੋਗਰਾਮ ਮੋਦੀ ਕਾਲਜ ਦੀ ਹਿਸਟਰੀ 'ਚ ਫਸਟ ਟਾਈਮ ਕੀਤਾ ਜਾ ਰਿਹਾ, ਅਤੇ ਅਸੀਂ ਅੱਗੇ ਵੀ ਇਹ ਪ੍ਰੋਗਰਾਮ ਜਿਹੜਾ ਰੈਗੂਲਰ ਫੀਚਰ ਬਣਾਵਾਂਗੇ, ਅਤੇ ਹਰ ਸਾਲ ਸਾਡਾ ਇਹ ਪ੍ਰੋਗਰਾਮ ਚੱਲਦਾ ਰਹੇ। ਖੁਦ ਦੇ ਮੋਦੀ ਕਾਲਜ ਦੇ ਬੱਚਿਆਂ ਨੇ ਕਿੰਨੇ ਕੁ ਸਟਾਲ ਲਾਏ ਆ? ਇਸ ਦੇ ਵਿੱਚ ਮੈਜੋਰਿਟੀ ਸਟਾਲਸ ਸਾਡੇ ਬੱਚਿਆਂ ਨੇ ਹੀ ਲਗਾਏ ਹੈ। ਫਰਕ ਇਹ ਵੀ ਕੁਛ ਸਟਾਲ ਤਾਂ ਜਿਵੇਂ ਗੇਮਸ ਦੇ ਜਾਂ ਈਟਿੰਗ ਆਈਟਮਸ ਉਹਨਾਂ ਨੇ ਖੁਦ ਬਣਾਈ ਹੈ, 5-7 ਸਟਾਲ ਐਸੇ ਹੈ ਜਿਹਦੇ ਵਿੱਚ ਉਹਨਾਂ ਨੇ ਆਊਟਸੋਰਸ ਕੀਤਾ, ਬਟ ਉਹ ਵੀ ਸਟਾਲ ਬੱਚਿਆਂ ਨੇ ਲਗਾਏ ਹੈ। ਇਹ ਵੀ ਉਹਨਾਂ ਨੇ ਪਟਿਆਲੇ ਦੇ ਵੱਡੇ ਬ੍ਰਾਂਡ ਲਿਆ ਕੇ ਉਹਨਾਂ ਤੋਂ ਸਟਾਲ ਲਗਵਾਈ ਹੈ, ਪਰ ਉਹਦੇ ਵਿੱਚ ਸਾਰਾ ਕੁਛ ਪਲੈਨਿੰਗ, ਉਹਨਾਂ ਨਾਲ ਜਾ ਕੇ ਗੱਲਬਾਤ ਕਰਨਾ, ਉਹਨਾਂ ਨੂੰ ਇੱਥੇ ਲੈ ਕੇ ਆਉਣਾ, ਉਹ ਸਾਰੀ ਪਲੈਨਿੰਗ ਬੱਚਿਆਂ ਦੀ ਹੈ। ਚੜ੍ਹਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਪੱਤਰਕਾਰ ਸੰਜੀਵ ਲਹਿਲ ਦੀ ਖਾਸ ਰਿਪੋਰਟ।